ਸ਼੍ਰੋਮਣੀ ਕਮੇਟੀ 90 ਸਾਲ ਤੋਂ ਜਦੋਂ ਇਹ ਰਹਿਤ ਮਰਿਆਦਾ ਫਾਈਨਲ ਹੋਈ, ਕੋਈ ਹੋਰ ਨੇ ਤਾਂ ਕੰਟਰੋਲ ਨਹੀਂ ਲਿਆ। ਹੁਣ ਪਹਿਲਾਂ ਤਾਂ ਇਹਨਾਂ ਨੂੰ ਪੁੱਛਿਆ ਜਾਏ ਕਿ ਵੀ ਇਹ ਬਸੰਤੀ ਦਾ ਜਿਹੜਾ ਰੰਗ ਸੀ ਜਾਂ ਸੁਰਮਈ ਸੀ ਜਿਹੜਾ ਤੁਹਾਡੀ ਮਰਿਆਦਾ 'ਚ ਸੀ, ਇਹਨੂੰ ਕੇਸਰੀ ਕਿਹਨੇ ਬਣਾਇਆ? ਜੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਦੀ ਸਮਝ ਆ ਗਈ ਵੀ ਰੰਗ ਬਸੰਤੀ ਜਾਂ ਸੁਰਮਈ ਹੈ, ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਉੱਤੇ ਤਾਂ ਝੰਡੇ ਤੁਸੀਂ ਚਲਾਉਂਦੇ ਹੋ, ਉਹਦਾ ਰੰਗ ਕਰ ਦਿਓ ਬਸੰਤੀ। ਇਹਨੂੰ ਐਡਾ ਇਸ਼ੂ ਬਣਾ ਕੇ ਹੁਣ ਉਹ ਹਿੰਦੂ ਤਵੀ ਜਿਹੜੇ ਨੇ ਉਹ ਪੂਰਾ ਕਹਿ ਰਹੇ ਜੀ ਦੇਖੋ ਭਗਵੇ ਨੂੰ ਇੰਨਾ ਹੇਟਡ, ਉਹਨਾਂ ਨੇ ਪੂਰਾ ਐਂਟੀ ਸਿੱਖ ਕੈਂਪੇਨ ਸ਼ੁਰੂ ਕੀਤਾ ਹੈ। ਅਕਾਲੀ ਜਦੋਂ ਆਊਟ ਆਫ ਪਾਵਰ ਹੁੰਦੇ ਨੇ ਉਦੋਂ ਇੱਦਾਂ ਦੇ ਇਸ਼ੂ ਖੜਾ ਕਰਦੇ ਨੇ, ਕਿਉਂਕਿ ਉਹਨਾਂ ਨੂੰ ਉਹਨਾਂ ਨੇ ਸਿੱਖਾਂ ਦੀ ਹਮਾਇਤ ਰਹਿਣੀ ਹੁੰਦੀ ਹੈ। ਜੇ ਲਾਗੂ ਕਰਨਾ ਤਾਂ ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਪਹਿਲਾਂ ਲਾਗੂ ਕਰੋ, ਫਿਰ ਦੇਖੋ ਹਿੰਦੂ ਤਵੀਆਂ ਦੀਆਂ ਚੀਕਾਂ ਕਿਵੇਂ ਪੈਂਦੀਆਂ। ਇਹੀ ਜਥੇਦਾਰ ਅਤੇ ਇਹੀ ਜਾ ਕੇ ਉਹਨਾਂ ਲੋਕਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ ਜੀ। ਉੱਥੇ ਬੜੇ ਉਹਨਾਂ ਬਾਬਿਆਂ ਦੀਆਂ ਬਰਸੀਆਂ ਮਨਾ ਰਹੇ ਹੁੰਦੇ ਨੇ, ਦੂਜੇ ਉੱਥੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਉਹਨਾਂ ਨੂੰ ਕਹਿਣ ਕਿ ਜੀ ਮੰਨੋ ਅਕਾਲ ਤਖ਼ਤ ਦੀ ਰਹਿਤ ਮਰਿਆਦਾ। ਖਾਲਿਸਤਾਨ ਦੇ ਵੀ ਭਗੌੜੇ ਨੇ, ਇਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਐਂਡ ਕੰਪਨੀ ਜਿਹਨਾਂ ਦੇ ਥਾਪੇ ਹੋਏ ਨੇ ਉਹਨੂੰ ਵੀ ਜਿਹੜਾ ਉਹ ਜਿਹੜੀ ਸਾਰੇ 'ਚੋਂ ਹੁਣ ਫਸਿਆ ਹੋਇਆ ਪੂਰਾ ਉਹਦਾ ਸਿਰ, ਔਰ ਅਕਾਲੀ ਦਲ 'ਚ ਤਬਦੀਲੀ ਦੀ ਮੰਗ ਉੱਠ ਰਹੀ ਹੈ, ਇਹ ਸਾਰੇ ਇਸ਼ੂਜ਼ ਨੂੰ ਡਿਵੀਏਟ ਡਾਈਵਰਟ ਕਰਕੇ ਔਰ ਖਾਮ ਖਾ ਦਾ ਖੜਾ ਕੀਤਾ ਗਿਆ ਇਸ ਵੇਲੇ ਮੁੱਦਾ। ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ 'ਤੇ ਗੁਰੂ ਘਰਾਂ ਵਿੱਚ ਚਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦਿਆਂ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਜਾਂ ਬਸੰਤੀ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਿੱਖ ਮਰਿਆਦਾ ਰਹਿਤ ਮਰਿਆਦਾ ਜਿਹੜੀ ਹੈ ਪੰਥ ਪ੍ਰਵਾਨਿਤ ਹੈ ਅਤੇ ਇਸ 'ਤੇ ਕੋਈ ਕਿੰਤੂ ਪ੍ਰਿੰਤੂ ਨਹੀਂ, ਪਰ ਇਸ ਵੇਲੇ 35 ਮਿਲੀਅਨ ਸਿੱਖ ਕੌਮ ਖਾਲਿਸਤਾਨ ਦੀ ਕਾਇਮੀ ਲਈ ਜੂਝ ਰਹੀ ਹੈ ਔਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਵਿਉਂਤਬੰਦੀ ਖਾਲਸਾ ਪੰਥ ਦੀ ਆਜ਼ਾਦੀ ਲਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਮੁੱਦੇ 'ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਪੰਜਾਬੀ ਦਾ ਇਹ ਅਖਾਣ ਹੈ ਵਿਆਹ 'ਚ ਬੀ ਦਾ ਲੇਖਾ। ਹੁਣ ਇਹ ਬੜੀ ਸਿਆਣਪ ਭਰੀ ਜਿਹੜੀ ਹੈ ਉਹ ਗੱਲ ਹੈ ਜਾਂ ਅਖਾਣ ਹੈ ਕਿ ਵੀ ਜਦੋਂ ਤੁਸੀਂ ਇੱਕ ਪਾਸੇ ਸੈਲੀਬ੍ਰੇਸ਼ਨ ਕਰ ਰਹੇ ਹੋਵੋ ਤਾਂ ਉੱਥੇ ਕੋਈ ਉਸ ਦੇ ਪ੍ਰਬੰਧਾਂ ਨੂੰ ਲੈ ਕੇ ਗੱਲ ਕਰਨ ਦੀ ਥਾਂ ਕੋਈ ਬੀਜ ਦਾ ਕਿ ਭਾਈ ਕਿਹੜਾ ਪਾਉਣਾ ਸਸਤਾ ਮਹਿੰਗਾ ਤੁਸੀਂ ਉਹਦੀ ਡਿਸਕਸ਼ਨ ਕਰ ਰਹੇ ਹੋ। ਦੇਖੋ ਅਸੀਂ ਜਦੋਂ TV84 December 2012 ਸ਼ੁਰੂ ਕੀਤਾ, ਦੋ ਮੁੱਦਿਆਂ ਦੇ ਉੱਤੇ ਸਾਡੀ ਪਹੁੰਚ ਬੜੀ ਸਪਸ਼ਟ ਸੀ। ਅਸੀਂ ਕਿਹਾ ਕਿ ਭਾਈ ਜਿਹੜੇ ਵੀ ਧਾਰਮਿਕ ਸਵਾਲ ਕੋਈ ਪੁੱਛੇ ਜਾਣਗੇ ਉਸ ਦਾ ਜਵਾਬ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਜਿਹੜੀ ਲਾਗੂ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਹੈ, ਭਾਵੇਂ ਅਜੇ ਵੀ ਇੱਕ ਤਬਕਾ ਉਸਨੂੰ ਖਰੜਾ ਹੀ ਕਹਿੰਦਾ, ਅਸੀਂ ਉਸ ਦੇ ਆਧਾਰ 'ਤੇ ਜਵਾਬ ਦੇਵਾਂਗੇ। ਦੂਸਰਾ ਸੀ ਕਿ ਵੀ ਜਿਹੜੇ ਵੀ ਅਸੀਂ ਦਿਨ ਜਿਹੜੇ ਨੇ ਉਹਨਾਂ ਦੇ ਉੱਤੇ ਫੋਕਸ ਕਰਾਂਗੇ ਇਤਿਹਾਸਿਕ ਦਿਨਾਂ ਦੇ ਉੱਤੇ ਜਾਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਜਾਂ ਜੋਤੀ ਜੋਤ ਸਮਾਣ ਦੇ, ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੋਏਗਾ। ਇਸ ਲਈ ਸਾਨੂੰ ਕੋਈ ਇਸ ਦੇ ਉੱਤੇ ਜਿਹੜੀ ਇਹ ਵੀਕਐਂਡ 'ਚ ਚਰਚਾ ਅਚਾਨਕ ਇਸ ਤੋਂ ਪਿਛਲੀ ਮੀਟਿੰਗ ਦੇ ਵਿੱਚ 5
ਜਥੇਦਾਰ ਸਾਹਿਬਾਨ ਜਾਂ ਸਿੰਘ ਸਾਹਿਬਾਨ ਕਹਿਣਾ ਹੋਵੇ, ਕਿਉਂਕਿ ਤਿੰਨ ਜਥੇਦਾਰਾਂ ਦਾ ਹੁੰਦੇ ਨੇ ਪੰਜਾਬ ਵਾਲੇ, ਦੋ ਨਾਲ ਜੁਆਇਨ ਕਰਵਾ ਲੈਂਦੇ ਨੇ ਉਹਨਾਂ ਨੂੰ, ਉਹਨਾਂ ਨੇ ਜਿਹੜਾ ਨਿਰਦੇਸ਼ ਦਿੱਤਾ ਸ਼੍ਰੋਮਣੀ ਕਮੇਟੀ ਨੂੰ, ਔਰ ਸ਼੍ਰੋਮਣੀ ਕਮੇਟੀ ਨੇ ਅੱਗੋਂ ਪੱਤਰਿਕਾ ਜਾਰੀ ਕੀਤੀ ਆਪਣੇ ਅਧੀਨ ਗੁਰਦੁਆਰਿਆਂ ਨੂੰ ਕਿ ਭਾਈ ਉਹਦੇ 'ਚ ਜਿਹੜਾ ਐਕਸੈਕਟ ਲਫਜ਼ ਜਿਹੜੇ ਨੇ ਪੱਤਰ ਜਿਹੜਾ ਆਇਆ ਅਕਾਲ ਤਖ਼ਤ ਦਾ ਸ਼੍ਰੋਮਣੀ ਕਮੇਟੀ ਉਹਦੇ 'ਚ ਸੀ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਸੰਗਤਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਏ। ਹੁਣ ਇੱਥੇ ਕੋਈ ਰੰਗਾਂ ਦਾ ਜ਼ਿਕਰ ਨਹੀਂ ਹੈ ਕਿ ਕੀ ਹੈ, ਲੇਕਿਨ ਇਹ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਜੋ ਉਹਨਾਂ ਨੂੰ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਤਾ ਪਾਸ ਹੋਇਆ, ਅਸੀਂ ਇਹ ਸੰਗਤਾਂ ਨੂੰ ਜਾਣਕਾਰੀ ਜਿਹੜਾ ਉਹ ਪ੍ਰੋਵਾਈਡ ਕਰਾਂਗੇ। ਹੁਣ ਇਸ ਦੇ ਉੱਤੇ ਫਿਰ ਜਿਹੜੀ ਉਹਨਾਂ ਦੀ ਸ਼੍ਰੋਮਣੀ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਦੀ ਦਾ ਜਿਹੜਾ ਕੋਰਟ ਹੈ ਇਸ ਮੁੱਦੇ ਦੇ ਉੱਤੇ ਉਹ ਨਾਲ ਨੱਥੀ ਕੀਤਾ, ਸਾਰੇ ਮੀਡੀਆ ਨੇ ਜਦੋਂ ਕਵਰ ਕੀਤਾ ਉਹਨਾਂ ਨੇ ਇਸ ਦਾ ਜ਼ਿਕਰ ਵੀ ਕੀਤਾ ਕਿ ਸਿੱਖ ਰਹਿਤ ਮਰਿਆਦਾ ਦੇ 15 ਨੰਬਰ ਪੇਜ ਦੇ ਉੱਤੇ ਮੈਂਸ਼ਨ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ, ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ। ਹੁਣ ਜ਼ਾਹਰ ਹੈ ਕਿ ਵੀ ਇਸ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਹੈ ਰੰਗ ਬਸੰਤੀ ਹੈ ਜਾਂ ਸੁਰਮਈ ਹੈ, ਸੁਰਮਈ ਹੈ ਸੁਰਮੇ ਵਰਗਾ। ਹੁਣ ਸੁਰਮੇ ਦਾ ਕੀ ਰੰਗ ਹੁੰਦਾ ਹੈ ਮੈਨੂੰ ਨਹੀਂ ਪਤਾ, ਕਿਉਂਕਿ ਘੱਟੋ ਘੱਟ ਨੀਲਾ ਨਹੀਂ ਹੁੰਦਾ। ਮੈਂ ਇਸ ਲਈ ਕਹਿ ਰਿਹਾ ਕਿਉਂਕਿ ਹੁਣ ਇਹ ਜਿਹੜੀ ਇੱਕ ਨਵੀਂ ਡਿਬੇਟ ਸ਼ੁਰੂ ਕਰ ਦਿੱਤੀ ਗਈ, ਕਿਉਂਕਿ ਕੁਛ ਨਿਹੰਗ ਜਥੇਬੰਦੀਆਂ ਨੇ ਇਸ ਨੂੰ ਹੋਰ ਬਾਕੀਆਂ ਨੂੰ ਮਲੇਚ ਖਾਲਸਾ ਕਹਿ ਕੇ ਆਪਣਾ ਕਹਿਤਾ ਕਿ ਜੀ ਅਸੀਂ ਤਾਂ ਪਹਿਲਾਂ ਹੀ ਨੀਲਾ 'ਚੋਂ ਲਾਉਂਦੇ ਹਾਂ, ਇਸ ਲਈ ਹੁਣ ਸਾਰੇ ਜਿਹੜੇ ਨੇ ਕਰੋ। ਮੈਨੂੰ ਇਹ ਲੱਗਦਾ ਵੀ ਕਿਉਂਕਿ ਅੱਜ ਜਿਸ ਲੈਵਲ ਦੇ ਉੱਤੇ ਅਸੀਂ ਰੰਗਾਂ ਦੇ ਇੱਕੋ ਰੰਗ ਜੇ ਔਰੇਂਜ ਹੈ ਉਹਦੇ 20 ਸ਼ੇਡ ਨੇ, ਹਾਂਜੀ ਇਸੇ ਤਰ੍ਹਾਂ ਬਲੂ ਹੈ ਉਹਦੇ 25 ਸ਼ੇਡ ਕੱਢੇ ਜਾ ਸਕਦੇ, ਪਰ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਇਹ ਰੰਗ ਹੁੰਦੇ ਸੀ ਉਹ ਤਾਂ ਲਲਾਰੀ ਸੀ, ਲਲਾਰੀ ਦੇ ਮੱਠ 'ਚ ਕਿਹੜੀ ਚੀਜ਼ ਵੱਧ ਪਈ ਕਿਹੜੀ ਘੱਟ ਪਈ। ਮੇਰਾ ਖਿਆਲ ਹੈ ਵੀ ਸੁਰਮਈ ਦੇ ਵਿੱਚ ਥੋੜ੍ਹੀ ਜਿਹੀ ਭਾਅ ਹੁੰਦੀ ਹੈ ਬਲਿਊਸ਼ ਥੋੜ੍ਹੀ ਜਿਹੀ, ਲੇਕਿਨ ਉਹਦਾ ਰੰਗ ਡਿਫਰੈਂਟ ਹੁੰਦਾ ਹੈ ਸੁਰਮਈ ਰੰਗ। ਔਰ ਪੁਰਾਣੇ ਪੀਰੀਅਡ 'ਚ ਕੁਛ ਜਿਹੜੇ ਹੁਣ ਤਾਂ ਅਕਾਲੀਆਂ ਨੇ ਉਹ ਨੀਲੀ ਪਾਗੀ ਬੰਨ੍ਹਣੀ ਛੱਡ ਦਿੱਤੀ ਹੈ, ਜਿਹੜੀ ਬਿਲਕੁਲ ਡੀਪ ਇਹ ਇੰਡੀਗੋ ਵਾਲੀ ਬਲੂ ਹੈ ਜਿਹਨੂੰ ਤੁਸੀਂ ਨੀਲ ਵਾਲੀ ਬੰਨਦੇ, ਲੇਕਿਨ ਇੱਕ ਅਕਾਲੀ ਤਬਕਾ ਜਿਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਾਲੀ ਪੱਗ ਬੰਨ ਲਈ, ਕਾਲੀ ਇਨਫੈਕਟ ਉਹ ਸੁਰਮਈ ਭਾਅ ਵਾਲੀ ਹੁੰਦੀ ਸੀ, ਸੁਰਮੇ ਵਾਲੀ ਜਿਹਦੇ 'ਚ ਲਾਈਟਰ ਬਲੂਇਸ਼ ਕਲਰ। ਕਿਉਂਕਿ ਇਹ ਲਲਾਰੀਆਂ ਦਾ ਉਹ ਸਾਰਾ ਪੀਰੀਅਡ ਸੀ, ਉਹਦੇ 'ਚ ਕੋਈ ਸਪੈਸੀਫਿਕ ਨਾਲ ਨਹੀਂ ਸੀ ਜੋੜਿਆ ਜਾਂਦਾ, ਪਰ ਮੈਂ ਇਹ ਇਸ ਲਈ ਕਹਿ ਰਿਹਾ ਇਹਦੇ 'ਚ ਹੁਣ ਦੋ ਸਵਾਲ ਪੈਦਾ ਹੋਏ ਕਿ ਵੀ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਹ ਸਾਰੇ ਬਾਗੀ ਲੀਡਰ ਅਕਾਲੀਆਂ ਦੇ ਜਿਨ੍ਹਾਂ ਨੂੰ ਪਿਛਲੇ ਕੱਲ੍ਹ ਇਹਨਾਂ ਦੀ ਡਿਸਿਪਲਿਨ ਕਮੇਟੀ ਨੇ ਸਭ ਨੂੰ ਕੱਢਤਾ, ਪ੍ਰਾਇਮਰੀ ਮੈਂਬਰਸ਼ਿਪ 'ਚੋਂ ਵੀ ਖਾਰਜ ਕਰਤਾ, ਜਗੀਰ ਕੌਰ ਵਡਾਲਾ ਚੰਦੂ ਮਾਜਰਾ ਔਰ ਪਤਾ ਨਹੀਂ ਕਿਹੜੇ 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 ਢੀਂਡਸਾ ਇਹ ਸਾਰੇ ਕੱਢਤੇ ਪ੍ਰਾਇਮਰੀ ਮੈਂਬਰੀ 'ਚ। ਦੂਸਰੇ ਪਾਸੇ ਕਿ ਭਾਈ ਇਹ ਸੁਖਬੀਰ ਬਾਦਲ ਦਾ ਐਜ਼ ਏ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ
ਔਰ ਐਜ਼ ਏ ਡਿਪਟੀ ਚੀਫ ਮਿਨਿਸਟਰ ਜਦੋਂ ਕਿ ਉਹ ਹੋਮ ਮਿਨਿਸਟਰ ਸੀ, ਸੌਦਾ ਸਾਧ ਕੇਸ ਦੇ ਵਿੱਚ ਕੀ ਰੋਲ ਹੈ? ਹੁਣ ਇੱਕ ਉਹ ਗਵਾਹ ਕਲੇਰ ਨਾਂ ਦਾ ਬੰਦਾ ਜਿਹੜਾ ਅਪਰੂਵਰ ਬਣਿਆ, 5 ਸਾਲ ਉਹ ਦੌੜਿਆ ਰਿਹਾ, ਜਿਹਦੇ ਥੱਲੇ ਇਹ ਸਾਰਾ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਮਹਾਰਾਜ ਦਾ ਸਰੂਪ ਗਾਇਬ ਹੋਇਆ, ਪੋਸਟਰ ਲਾਏ ਗਏ ਕਿ ਜੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ ਲੈ ਜਾਓ, ਫਿਰ ਬਰਗਾੜੀ 'ਚ ਉਸ ਦੇ ਪੱਤਰੇ ਜਿਹੜੇ ਅੰਗ ਨੇ ਉਹ ਖਿਲਾਰੇ ਗਏ, ਫਿਰ ਕਿਵੇਂ ਉਹਦੇ ਕਹਿਣ ਮੁਤਾਬਕ ਜਿਹੜਾ ਹੁਣ ਕਹਿੰਦਾ ਵੀ ਹਨੀਪ੍ਰੀਤ ਅਤੇ ਸੌਦਾ ਸਾਧ ਉਹਨਾਂ ਨੇ ਕੀਤਾ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਜਿਹਦੇ 'ਚੋਂ ਇਹ ਸਾਰਾ ਨਿਕਲਿਆ। ਫਿਰ ਜਿਹੜਾ ਉਹਨੇ ਲੇਟਲੀ ਇਹਨਾਂ 3-4 ਦਿਨਾਂ 'ਚ ਇੱਕ ਡਿਬੇਟ ਹੈ ਕਿ ਜੀ ਉਹਨੇ ਕਿਹਾ ਕਿ ਕਿਵੇਂ ਸੁਖਬੀਰ ਬਾਦਲ ਆਪਣੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਆਪਣੇ ਜਹਾਜ਼ ਦੇ ਵਿੱਚ ਆਪਣੇ ਹੈਲੀਕਾਪਟਰ 'ਚ ਆਇਆ, ਸੌਦਾ ਸਾਧ ਨਾਲ ਕਿਹੜੀਆਂ ਗੁਪਤ ਮੀਟਿੰਗਾਂ ਹੋਈਆਂ, ਉਹਨੂੰ ਲੈ ਕੇ ਅਕਾਲੀਆਂ ਦੇ ਗਰੁੱਪ ਜਿਹੜੇ ਨੇ ਉੱਪਰੋਂ ਥੱਲੀ 2 ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਜੀ ਇਹ ਭਗਵੰਤ ਮਾਨ ਬਦਨਾਮ ਕਰ ਰਿਹਾ, ਇਹਨੂੰ ਵਾਅਦਾ ਮਾਫ ਬਣਾ ਤਾ ਇਹਨੂੰ। ਅਸੀਂ ਇਸ ਡਿਬੇਟ 'ਚ ਨਹੀਂ ਜਾਂਦੇ, ਸਾਨੂੰ ਪਤਾ ਹੈ ਕਿਹਦਾ ਕੀ ਰੋਲ ਹੈ, ਉਹਦਾ ਸੁਖਬੀਰ ਬਾਦਲ ਹੋਏ ਜਾਂ ਅਮਰਿੰਦਰ ਹੋਏ ਜਾਂ ਅੱਜ ਵਾਲਾ ਹੋਏ, ਇਹ ਸਭ ਏਜੰਸੀਆਂ ਦੀ ਖੇਡ ਖੇਡ ਰਹੇ ਨੇ, ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਪਰ ਇਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਹ ਸਾਰੇ ਇਸ਼ੂ ਨੇ। ਬਿਲਕੁਲ, ਇੱਕ ਪਾਸੇ ਅਕਾਲੀ ਦਲ ਦਾ ਕ੍ਰਾਈਸਿਸ ਹੈ, ਦੂਸਰੇ ਪਾਸੇ ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਨਾਂ ਥੱਲੇ ਕੀ ਕੀਤਾ ਗਿਆ, ਹਾਲਾਂ ਮੈਂ ਕਿਤੇ ਪੜ੍ਹਿਆ ਇਹ ਕਨਫਰਮ ਨਹੀਂ ਹੈ ਕਿ ਜਿਹੜੇ 5 ਸਿੰਘ ਸਾਹਿਬਾਨ ਨੇ ਮਾਫ਼ੀਨਾਮਾ ਦਿੱਤਾ, ਉਹਨੂੰ ਮਾਫ਼ੀ ਦਿੱਤੀ ਸੀ, ਉਹਨਾਂ 'ਚ ਗਿਆਨੀ ਰਘਬੀਰ ਸਿੰਘ ਵੀ ਸ਼ਾਮਿਲ ਸਨ ਜਿਹੜੇ ਹੁਣ ਖੁਦ ਜਥੇਦਾਰ ਬਣੇ ਨੇ, ਉਦੋਂ ਗ੍ਰੰਥੀ ਸਨ। ਪਤਾ ਨਹੀਂ ਇਹ ਠੀਕ ਹੈ ਕਿ ਨਹੀਂ, ਕੋਈ ਡਬਲ ਕਨਫਰਮੇਸ਼ਨ ਨਹੀਂ ਹੈ। ਪਰ ਜਦੋਂ ਇਹ ਇਸ਼ੂ ਚੱਲ ਰਹੇ ਨੇ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਲਦੇ ਹਾਂ, ਜਿਸ ਲੈਵਲ ਦੇ ਉੱਤੇ ਬਾਹਰਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਪੰਜਾਬ ਦੇ ਵਿੱਚ ਕਿਵੇਂ ਪੰਜਾਬ ਨੂੰ ਫੁੱਲੀ ਡਿਪਰਾਈਵ ਕੀਤਾ ਗਿਆ ਹਰ ਚੀਜ਼ ਤੋਂ, ਹੁਣ ਇਸ਼ੂ ਔਰ ਇੱਕ ਪਾਸੇ ਦੁਨੀਆ ਭਰ ਦੇ ਸਿੱਖ ਔਰ ਅਮਰੀਕਾ ਔਰ ਦੂਸਰੀਆਂ ਤਾਕਤਾਂ ਸਿੱਖਾਂ 'ਚ ਦਿਲਚਸਪੀ ਲੈ ਰਹੀਆਂ ਨੇ, ਔਰ ਖਾਲਿਸਤਾਨ ਦੀ ਗੱਲ ਵੀ ਉਹ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੋਏ ਜਾਂ ਦੂਸਰੇ ਲੈਵਲ ਦੇ ਉੱਤੇ 40ਵੀਂ ਘੱਲੂਘਾਰੇ ਦੀ ਦੁਖਦ ਯਾਦ ਦੇ ਮੌਕੇ ਦੁਨੀਆ ਭਰ 'ਚ ਜਿਹੜਾ ਸੈਂਟੀਮੈਂਟ ਹੈ ਸਿੱਖਾਂ ਦਾ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੋ ਅਕਾਲ ਤਖ਼ਤ ਦੇ 5 ਜਥੇਦਾਰਾਂ ਨੇ ਕਿਹਾ ਜਾਂ ਸ਼੍ਰੋਮਣੀ ਕਮੇਟੀ ਨੇ ਅੱਗੋਂ ਪੱਤਰਿਕਾ ਜਾਰੀ ਕੀਤੀ, ਉਹਦੇ 'ਚ ਕੋਈ ਨਵੀਂ ਗੱਲ ਤਾਂ ਹੈ ਨਹੀਂ, ਕਿਉਂਕਿ ਆਲਰੇਡੀ ਸਿੱਖ ਰਹਿਤ ਮਰਿਆਦਾ ਸੁਰਮਈ ਜਾਂ ਬਸੰਤੀ ਰੰਗ ਦੀ ਗੱਲ ਕਰਦਾ। ਹੁਣ ਦੂਸਰਾ ਸਵਾਲ ਇਹ ਪੁੱਛਿਆ ਜਾ ਸਕਦਾ ਹੈ ਕਿ ਬਸੰਤੀ ਨੂੰ ਭਗਵਾ ਜਾਂ ਕੇਸਰੀ ਦੇ ਵਿੱਚ ਕਿਹਨੇ ਕਨਵਰਟ ਕੀਤਾ? ਹੁਣ ਸਭ ਤੋਂ ਵੱਡੀ ਜਿਹੜੀ ਜਦੋਂ ਅਸੀਂ ਨਿਸ਼ਾਨ ਸਾਹਿਬਾਂ ਦਾ ਹਾਲਾਂ ਇੱਕ ਵੱਖਰਾ ਜੇ ਇਸ ਦੇ ਉੱਤੇ ਸਕਾਲਰਸ ਦੀ ਪਹੁੰਚ ਹੋਏ ਵੀ ਕਦੋਂ ਕਿਹੜਾ ਰੰਗ ਕਿਵੇਂ ਆਇਆ, ਕਿਵੇਂ ਇਸ ਦੀ ਪਹਿਲਾਂ ਤਾਂ ਧੁੱਜ ਕਦੋਂ ਆਇਆ, ਔਰ ਮੈਂ ਗੁਰਬਾਣੀ ਦੀ ਮੈਨੂੰ ਉੱਥੋਂ ਯਾਦ ਨਹੀਂ ਹੈ, ਇੱਕ ਸਿੱਖ ਸਕਾਲਰ ਨਾਲ ਇੱਕ ਵਾਰ ਗੱਲ ਹੋਈ ਸੀ, ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਇੱਕ ਸ਼ਬਦ ਦਾ ਹਵਾਲਾ ਦਿੱਤਾ ਸੀ ਜਿਹਦੇ 'ਚ ਉਹਨਾਂ ਨੇ ਧੌਲ ਧਵੱਜ ਦਾ ਜ਼ਿਕਰ ਕੀਤਾ। ਧੌਲ ਚਿੱਟੇ ਨੂੰ ਕਹਿੰਦੇ ਨੇ, ਧਵੱਜ ਜ਼ਾਹਰ ਹੈ ਕਿ ਭਾਈ ਝੰਡੇ ਨੂੰ ਕਹਿੰਦੇ ਨੇ, ਹੈ ਨਾ। ਔਰ ਅਸੀਂ ਜਦੋਂ ਇਹ ਪਾਠ ਦੇਖਦੇ ਹਾਂ, ਉਹਨਾਂ ਦਾ ਕਹਿਣਾ ਸੀ ਕਿ ਝੰਡਾ ਜਦੋਂ ਧਰਮਸਾਲ ਬਣੀ ਉਦੋਂ ਤੋਂ ਹੀ ਸੀ ਧਵੱਜ ਜਾਂ ਧੌ ਉਹਦਾ ਰੰਗ ਚਿੱਟਾ ਸੀ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ 'ਤੇ, ਤਾਂ ਪਹਿਲਾਂ ਉਹਨਾਂ ਦੇ ਉੱਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਣਾ, ਔਰ ਦਿੱਲੀ ਦਾ ਜਿਹੜਾ ਤਖ਼ਤ ਸੀ ਉਹ 10 ਫੁੱਟ ਸੀ, ਔਰ 2 ਫੁੱਟ ਉੱਚਾ ਤਖ਼ਤ, 12 ਫੁੱਟ ਜਿਹੜਾ ਪਹਿਲਾ ਅਕਾਲ ਤਖ਼ਤ ਦਾ ਥੜਾ ਸਾਹਿਬ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਔਰ 6ਵੇਂ ਪਾਤਸ਼ਾਹ ਨੀਂਹ ਪੱਥਰ ਰੱਖਦੇ ਨੇ, ਕਿ ਸ਼ਹਾਦਤ ਦੀ ਵਜ੍ਹਾ ਕਰਕੇ ਇਹ ਰੰਗ ਜਿਹੜਾ ਹੈ ਚਿੱਟਾ
ਇਹ ਕੇਸਰੀ ਦੇ ਵਿੱਚ ਕਨਵਰਟ ਹੋਇਆ, ਇਹ ਇੱਕ ਥਾਟ ਹੈ। ਔਰ ਫਿਰ ਦਸਵੇਂ ਪਾਤਸ਼ਾਹ ਦੇ ਵੇਲੇ ਪ੍ਰਗਟ ਕੀਨੇ ਖਾਲਸਾ ਨਿਲੰਬਰ ਧਾਰੀ ਨੀਲਾ ਬਾਣਾ ਖਾਲਸੇ ਦਾ, ਔਰ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਹੋਇਆ। ਔਰ ਇਹੀ ਕਾਰਨ ਹੈ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਉਹਨਾਂ ਦਾ ਪਾਠ ਜਿਹੜਾ ਝੰਡਾ ਹੈ ਉਹ ਨੀਲਾ ਹੁੰਦਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਜਦੋਂ ਅਸੀਂ ਭਾਈ ਰਤਨ ਸਿੰਘ ਪੰਗੂ ਔਰ ਪ੍ਰਾਚੀਨ ਸੋਰਸ ਦੇਖਦੇ ਹਾਂ ਕਿ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਫਾਈਨਲ ਤੁਸੀਂ ਡੂ ਔਰ ਡਾਈ ਬੈਟਲ ਹੈ ਸ਼ਹੀਦੀ, ਉਦੋਂ ਜਿਹੜਾ ਇਹ ਰੰਗ ਜਿਹੜਾ ਖੂਨ ਦੇ ਨਾਲ ਜਾਂ ਸ਼ਹਾਦਤ ਜਾਂ ਮਰਨ ਲਈ ਤਿਆਰ ਹੋਣ ਦਾ ਸੀ ਉਹ ਤੁਹਾਡੇ ਕੇਸਰੀ ਚੋਲੇ ਜਾਂ ਗਾਨੇ ਬੰਨਣਾ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ। ਕੁਛ ਪਰੰਪਰਾਵਾਂ ਉੱਥੋਂ ਦੀ ਡਿਫਰੈਂਟ ਬਹਾਦਰ ਕਬੀਲਿਆਂ ਦੀਆਂ ਰਹੀਆਂ ਨੇ, ਉਹ ਇੱਕ ਡਿਫਰੈਂਟ ਡਿਬੇਟ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਲਗਭਗ 90 ਸਾਲ ਪਹਿਲਾਂ ਅੱਜ ਤੋਂ ਸਿੱਖ ਰਹਿਤ ਮਰਿਆਦਾ ਹੋਣ ਦੇ ਵਿੱਚ ਆਈ, ਜਿਹੜੀ ਜਿਹਦੇ 'ਚ ਬਹੁਤ ਸਾਰੀਆਂ ਡੈਲੀਬਰੇਸ਼ਨਸ, ਹਾਲਾਂ ਸ਼੍ਰੋਮਣੀ ਕਮੇਟੀ ਦੇ ਮਰਿਆਦਾ ਕੋਈ ਇਹ ਨਹੀਂ ਹੈ ਵੀ ਸ਼੍ਰੋਮਣੀ ਕਮੇਟੀ ਨੇ ਬਣਾਈ ਜਾਂ ਉਹਨਾਂ ਨੇ ਬਣਾਈ, ਮਰਿਆਦਾ ਦਾ ਬੇਸ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਵੇਂ ਪਾਤਸ਼ਾਹ ਦੀ ਬਾਣੀ, ਭਾਈ ਗੁਰਦਾਸ, ਸਿੱਖ ਪਰੰਪਰਾ, ਸੀਨਾ ਬਸੀਨਾ ਚੱਲ ਰਹੀ ਹਿਸਟਰੀ ਔਰ ਬਾਕੀ ਸਿੱਖ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਸਿੱਖ ਵਿਦਵਾਨਾਂ ਸਕਾਲਰਸ ਨੇ ਕੋਡੀਫਾਈ ਕੀਤਾ। ਮਰਿਆਦਾ ਤਾਂ ਪਹਿਲੇ ਦਿਨ ਤੋਂ ਐਗਜ਼ਿਸਟ ਕਰਦੀ ਹੈ, ਜੇ ਸਿੱਖ ਦੇ ਨਿੱਜੀ ਜੀਵਨ ਦੀ ਮਰਿਆਦਾ ਹੈ, ਗੁਰੂ ਰਾਮਦਾਸ ਜੀ ਨੇ ਡਿਫਾਈਨ ਕੀਤੀ ਕਿ ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ। ਪਰ ਓਵਰ ਏ ਪੀਰੀਅਡ ਆਫ ਟਾਈਮ, ਕਿਉਂਕਿ ਬਹੁਤ ਸਾਰੇ ਰਹਿਤਨਾਮੇ, ਹੁਣ ਰਹਿਤਨਾਮੇ ਕੀ ਸੀ ਕਿ ਦਸਵੇਂ ਪਾਤਸ਼ਾਹ ਤੋਂ ਸਿੱਖਾਂ ਨੇ ਸਵਾਲ ਪੁੱਛਿਆ, ਉਹਨਾਂ ਨੇ ਜਵਾਬ ਦਿੱਤਾ, ਉਹ ਅੱਡ ਅੱਡ ਨੇ ਕਲਮਬੱਧ ਕੀਤੇ ਰਹਿਤਨਾਮਾ, ਭਾਈ ਦੇਸਾ ਸਿੰਘ, ਭਾਈ ਚੋਪਾ ਸਿੰਘ, ਭਾਈ ਪ੍ਰਹਿਲਾਦ ਸਿੰਘ, ਭਾਈ ਨੰਦ ਲਾਲ, ਭਾਈ ਦਇਆ ਸਿੰਘ। ਹੁਣ ਉਹਦੇ 'ਚ ਵਕਤ ਦੇ ਨਾਲ ਬਹੁਤ ਸਾਰੀ ਮਿਲਾਵਟ ਵੀ ਬ੍ਰਾਹਮਣਾਂ ਨੇ ਆਪਣੇ ਢੰਗ ਨਾਲ ਕੀਤੀ। ਸੋ ਰਹਿਤ ਮਰਿਆਦਾ ਨੇ ਇਨਫੈਕਟ ਉਸ ਸਭ ਨੂੰ ਜਿਸ ਨੂੰ ਅਸੀਂ ਛਾਨਣਾ ਲਾਉਣਾ ਕਹਿੰਦੇ ਹਾਂ, ਗੁਰਮਤ ਦੇ ਸਿਧਾਂਤ ਨੂੰ ਰੱਖਦੇ ਆ ਲਾਇਆ। ਦੋ ਮੁੱਦੇ ਸੀ ਜਿਹਨਾਂ 'ਤੇ ਕੰਸੈਂਸਸ ਨਹੀਂ ਬਣੀ ਔਰ ਉਸ ਬਾਰੇ ਵੀ ਉਹਨਾਂ ਨੇ ਉਸ ਰਹਿਤ ਮਰਿਆਦਾ ਦੇ ਵਿੱਚ ਸਪੇਸ ਛੱਡ ਦਿੱਤਾ। ਜਿਵੇਂ ਰਾਗ ਮਾਲਾ ਸੀ ਉਸ ਦੇ ਉੱਤੇ ਫਾਈਨਲ ਆਇਆ ਕਿ ਪੜ੍ਹਨਾ ਜਾਂ ਨਾ ਪੜ੍ਹਨਾ ਸਥਾਨਕ ਰੀਤੀ ਅਨੁਸਾਰ ਕੀਤਾ ਜਾਏ, ਪਰ ਕੋਈ ਵੀ ਸਿੱਖ ਰਾਗ ਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹੀਆ ਨਾ ਕਰੇ। ਸੋ ਅੱਜ ਕਿੰਨੇ ਕੁ ਰਹਿ ਗਏ ਨੇ ਜੀ ਜਿਹੜੇ ਰਾਗ ਮਾਲਾ ਨਹੀਂ ਪੜ੍ਹੇ, ਐਕਸੈਪਟੈਂਸ ਹੋ ਗਈ। ਪਰ ਉਸ ਪੀਰੀਅਡ 'ਚ ਜਿਹੜੇ ਡਿਵਾਈਸਿਵ ਏਜੰਡਾ ਸੀ, ਇਸੇ ਤਰ੍ਹਾਂ ਮਾਸ ਦੇ ਮੁੱਦੇ ਨੂੰ ਲੈ ਕੇ ਸੀ। ਇੱਕ ਸਕਾਲਰ ਜਿਹੜੇ ਨੇ ਕੁੱਠੇ ਦਾ ਅਰਥ ਮਾਸ ਕਰਦੇ ਸੀ, ਇੱਕ ਜਿਹੜਾ ਥਾਟ ਹੈ ਉਹ ਕੁੱਠੇ ਦਾ ਅਰਥ ਕੋਇਆ ਹੋਇਆ ਮਾਸ ਜਿਸ ਨੂੰ ਹਲਾਲ ਕਿਹਾ ਜਾ ਉਹ ਕਰਦੇ ਸੀ। ਸੋ ਉਹਦੇ 'ਚ ਝਟਕਾ ਮਾਸ ਦੀ ਡਿਬੇਟ ਵੀ ਹੋਈ, ਉਸ 'ਚ ਬੇਸ਼ੱਕ ਸਭ ਦੀ ਸਹਿਮਤੀ ਨਹੀਂ ਹੋਈ, ਪਰ ਰਹਿਤ ਮਰਿਆਦਾ ਨੇ ਝਟਕਾ ਖਾਣ ਦੀ ਜਿਹੜੀ ਹੈ ਉਸ ਨੂੰ ਜਾਇਜ਼ ਠਹਿਰਾਇਆ। ਹਾਲਾਂ ਇਹ ਇੰਡੀਵਿਜੁਅਲ ਰੁਚੀਆਂ 'ਤੇ ਹੈ ਵੀ ਕਿਹਨੇ ਕੀ ਕਰਨਾ, ਪਰ ਤੁਸੀਂ ਜਦੋਂ ਕੋਡੀਫਾਈ ਕਰਦੇ ਹੋ ਕੁਛ ਚੀਜ਼ਾਂ, ਤੁਸੀਂ ਉਹਨਾਂ ਨੂੰ ਇੱਕ ਨੇਮਬੱਧ ਕਰਦੇ ਹੋ। ਸੋ ਰਹਿਤ ਮਰਿਆਦਾ ਕੋਈ ਉਹਨਾਂ ਨੇ ਬਣਾਈ ਨਹੀਂ ਹੈ, ਜੋ ਚੱਲ ਰਿਹਾ ਸੀ ਗੁਰਬਾਣੀ ਦਾ ਆਧਾਰ ਸਿੱਖ ਇਤਿਹਾਸ ਰਹਿਤਨਾਮੇ ਪਰੰਪਰਾ ਸੀਨਾ ਬਸੀਨਾ ਉਹਨੂੰ ਕੋਡੀਫਾਈ ਕੀਤਾ। ਹੁਣ ਉਸ ਦੇ ਵਿੱਚ ਹੀ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਇਹ ਰੱਖਿਆ ਗਿਆ। ਹੁਣ ਸ਼੍ਰੋਮਣੀ ਕਮੇਟੀ 90 ਸਾਲ ਤੋਂ ਜਦੋਂ ਇਹ ਰਹਿਤ ਮਰਿਆਦਾ ਫਾਈਨਲ ਹੋਈ, ਕੋਈ ਹੋਰ ਨੇ ਤਾਂ ਕੰਟਰੋਲ ਨਹੀਂ ਲਿਆ। ਹੁਣ ਪਹਿਲਾਂ ਤਾਂ ਇਹਨਾਂ ਨੂੰ ਪੁੱਛਿਆ ਜਾਏ ਕਿ ਵੀ ਇਹ ਬਸੰਤੀ ਦਾ ਜਿਹੜਾ ਰੰਗ ਸੀ ਜਾਂ ਸੁਰਮਈ ਸੀ ਜਿਹੜਾ ਤੁਹਾਡੀ ਮਰਿਆਦਾ 'ਚ ਸੀ, ਇਹਨੂੰ ਕੇਸਰੀ ਕਿਹਨੇ ਬਣਾਇਆ? ਮੀਰੀ ਪੀਰੀ ਦੇ ਜਿਹੜੇ ਦੋ ਨਿਸ਼ਾਨ ਸਾਹਿਬ ਝੰਡੇ ਬੁੰਗੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਇੱਕ ਆਧਾਰ ਬਣਦੇ ਨੇ।
ਹੁਣ ਮੈਂ ਅੱਜ ਕਿਤੇ ਪੜ੍ਹ ਰਿਹਾ ਸੀ, BBC ਦੀ ਇੱਕ ਸਟੋਰੀ ਵੀ ਸੀ ਕਿ ਜੀ 47 ਤੋਂ ਬਾਅਦ ਜਦੋਂ ਤਿਰੰਗੇ ਦਾ ਰੰਗ ਆਇਆ ਅਤੇ ਉਹਦੇ 'ਚ ਜਿਹੜਾ ਕੇਸਰੀ ਰੰਗ ਸੀ, ਔਰ ਸਿੱਖਾਂ ਨੇ ਇਹ ਇੱਕ ਤਬਕੇ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਜਿਵੇਂ ਤਿੰਨ ਰੰਗ ਨੇ, ਇੱਕ ਸਾਡਾ ਜੀ ਕੇਸਰੀ ਸਭ ਤੋਂ ਉੱਪਰ ਹੈ, ਫਿਰ ਵਿੱਚ ਹਰਾ ਆ ਗਿਆ ਉਹ ਮੁਸਲਮਾਨਾਂ ਦਾ, ਫਿਰ ਚਿੱਟਾ ਆ ਗਿਆ ਬਹੁਤੀਆਂ ਜੈਨੀਆਂ ਦਾ, ਫਿਰ ਹਿੰਦੂਆਂ ਦਾ ਕਿੱਥੇ ਗਿਆ? ਫਿਰ ਉਹਨਾਂ ਨੇ ਕਹਿਣ ਸ਼ੁਰੂ ਕਰਤਾ ਜੀ ਇਹ ਜਿਹੜਾ ਇਹ ਕੇਸਰੀ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਬਹੁਤੀਆਂ ਜੈਨੀਆਂ ਦਾ, ਕਹਿੰਦੇ ਸਿੱਖਾਂ ਦਾ ਕਿਹੜਾ? ਉਹ ਕਹਿੰਦੇ ਜੀ ਝੰਡੇ 'ਚ ਜਿਹੜਾ ਡੰਡਾ ਉਹ ਸਾਡਾ, ਉਹ ਡੰਡਾ ਹੁਣ ਫੇਰ ਰਹੇ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਡੰਡਾ ਉਹਦਾ ਹੀ ਹੁੰਦਾ ਜਿਹਦਾ ਝੰਡਾ ਹੁੰਦਾ, ਅਤੇ ਝੰਡਾ ਉਹਦਾ ਹੁੰਦਾ ਜਿਹਦੇ ਕੋਲ ਪੋਲੀਟੀਕਲ ਪਾਵਰ ਹੁੰਦੀ। ਸੋ ਮੈਂ ਇਹ ਸਮਝਦਾ ਵੀ ਇਸ ਦਾ ਇੰਨਾ ਜਿਹੜੀ ਟਾਈਮਿੰਗ ਹੈ ਉਸ ਤੋਂ ਮੈਨੂੰ ਇਹ ਲੱਗਦਾ ਵੀ ਇਹ ਡੈਲੀਬਰੇਟਲੀ ਕਈ ਚੀਜ਼ਾਂ ਜਿਹੜੀਆਂ ਨੇ ਤੁਸੀਂ ਉਸ ਕਿਸਮ ਦੀ ਡਿਬੇਟ ਖੜੀ ਕਰ ਦਿੰਦੇ ਹੋ। ਇਹ ਤਾਂ ਡਿਬੇਟ ਹੀ ਨਹੀਂ, ਜੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਦੀ ਸਮਝ ਆ ਗਈ ਵੀ ਰੰਗ ਬਸੰਤੀ ਜਾਂ ਸੁਰਮਈ ਹੈ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਉੱਤੇ ਤਾਂ ਝੰਡੇ ਤੁਸੀਂ ਚਲਾਉਂਦੇ ਹੋ, ਉਹਦਾ ਰੰਗ ਕਰ ਦਿਓ ਬਸੰਤੀ, ਇਹਨੂੰ ਐਡਾ ਇਸ਼ੂ ਬਣਾ ਕੇ। ਹੁਣ ਉਹ ਹਿੰਦੂ ਤਵੀ ਜਿਹੜੇ ਨੇ ਉਹ ਪੂਰਾ ਕਹਿ ਰਹੇ ਜੀ ਦੇਖੋ ਭਗਵੇ ਨੂੰ ਇੰਨਾ ਹੇਟਡ, ਉਹਨਾਂ ਨੇ ਪੂਰਾ ਐਂਟੀ ਸਿੱਖ ਕੈਂਪੇਨ ਸ਼ੁਰੂ ਕੀਤਾ ਹੈ। ਸਿੱਖ ਹਲਕਿਆਂ 'ਚ ਇੱਕ ਤਬਕਾ ਫਿਰ ਸ਼ੁਰੂ ਹੋ ਗਿਆ ਕਿ ਜੀ ਨਹੀਂ ਅਸਲੀ ਇਹ ਹੈ ਕਿ ਅਸਲੀ ਉਹ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਡਿਵੀਏਸ਼ਨ ਕਈ ਵਾਰੀ ਕ੍ਰੀਏਟ ਕਰਨ ਦੇ ਲਈ ਇਸ ਕਿਸਮ ਦੀ। ਹਾਂ, ਜੇ ਸੱਚਮੁੱਚ ਫੈਸਲਾ ਲੈਣਾ, ਜਿਹੜਾ ਫੈਸਲਾ ਤੁਸੀਂ ਦੌੜੇ ਹੋਏ ਹੋ 2003 'ਚ ਮੂਲ ਨਾਨਕ ਸ਼ਾਹ, ਇੱਕ ਉਦੋਂ ਵੀ ਅਕਾਲੀ ਜਦੋਂ ਆਊਟ ਆਫ ਪਾਵਰ ਹੁੰਦੇ ਨੇ ਉਦੋਂ ਇੱਦਾਂ ਦਾ ਇਸ਼ੂ ਖੜਾ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਸਿੱਖਾਂ ਦੀ ਹਮਾਇਤ ਰਹਿਣੀ ਹੁੰਦੀ ਹੈ। ਜੇ ਲਾਗੂ ਕਰਨਾ ਤੇ ਤੁਸੀਂ ਮੂਲ ਨਾਨਕ ਸ਼ਾਹੀ ਕੈਲੰਡਰ 2003 ਪਹਿਲਾਂ ਲਾਗੂ ਕਰੋ, ਫਿਰ ਦੇਖੋ ਹਿੰਦੂ ਤਵੀਆਂ ਦੀਆਂ ਚੀਕਾਂ ਕਿਵੇਂ ਪੈਂਦੀਆਂ ਨੇ। ਤੇ ਜਿਹੜਾ ਅਸਲੀ ਕੰਮ ਕਰਨ ਵਾਲਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਹੁਣ ਤੁਹਾਨੂੰ ਕੱਢ ਕੇ ਉਹਨਾਂ ਨੇ ਬਾਹਰ ਮਾਰਿਆ ਜਿਹਨੂੰ ਕਹਿੰਦੇ ਆ ਕਿ ਬਈ ਉਹ ਮੱਖਣ 'ਚੋਂ ਵਾ ਲਾਂਗੂ, ਤੇ ਤੁਸੀਂ ਇਸ਼ੂ ਕਿਹੜੇ ਖੜੇ ਕਰ ਰਹੇ ਹੋ ਲਿਆ ਕੇ? ਸੋ ਮੈਨੂੰ ਇਹ ਲੱਗਦਾ ਵੀ ਗੱਲ ਇਹ ਨਹੀਂ ਹੈ ਜਿਵੇਂ ਅਸੀਂ ਕਿਹਾ ਕਿ ਵੀ ਅਸੀਂ ਤਾਂ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਹਾਂ, ਹਾਲਾਂ ਇਹੀ ਜਥੇਦਾਰ ਅਤੇ ਇਹੀ ਜਾ ਕੇ ਉਹਨਾਂ ਲੋਕਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੇ ਨੇ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ ਜੀ। ਉੱਥੇ ਬੜੇ ਉਹਨਾਂ ਬਾਬਿਆਂ ਦੀਆਂ ਬਰਸੀਆਂ ਮਨਾ ਰਹੇ ਹੁੰਦੇ ਨੇ ਦੂਜੇ, ਉੱਥੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਉਹਨਾਂ ਨੂੰ ਕਹਿਣ ਕਿ ਜੀ ਮੰਨੋ ਅਕਾਲ ਤਖ਼ਤ ਦੀ ਰਹਿਤ ਮਰਿਆਦਾ। ਪਰ ਹੁਣ ਇਸ ਰੰਗ ਦੇ ਉੱਤੇ ਕਿ ਜੀ ਇਹ ਰੰਗ ਹੈ ਕਿ ਇਹ ਰੰਗ ਹੈ, ਜਿਹੜਾ ਇਹਨਾਂ ਦਾ ਹੀ ਕੰਮ ਹੈ। ਜੇ ਬਸੰਤੀ ਅਤੇ ਸੁਰਮਈ ਹੈ ਅਤੇ ਚੇਂਜ ਇਹਨਾਂ ਨੇ ਕੀਤਾ ਹੋਇਆ ਕਿਸੇ ਹੋਰ ਨੇ, ਇਹਨਾਂ ਦੀ ਦੇਖੋ ਦੇਖੀ ਬਾਕੀ ਥਾਵਾਂ 'ਤੇ ਵੀ ਸ਼ੁਰੂ ਹੋ ਗਿਆ ਕੰਮ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਜੇ ਇਹਨਾਂ ਨੇ ਕੋਈ ਬੜਾ ਕੋਈ ਅਲੋਕਾਰ ਕੋਈ ਨਵੀਂ ਖੋਜ ਕੱਢ ਲਈ ਹੈ, ਪਰ ਮੈਨੂੰ ਟਾਈਮਿੰਗ ਤੋਂ ਇਹ ਲੱਗਦਾ ਵੀ ਇਹ ਖਾਲਿਸਤਾਨ ਦੇ ਵੀ ਭਗੌੜੇ ਨੇ, ਇਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਐਂਡ ਕੰਪਨੀ ਜਿਹਨਾਂ ਦੇ ਥਾਪੇ ਹੋਏ ਨੇ ਉਹਨੂੰ ਵੀ ਜਿਹੜਾ ਉਹ ਜਿਹੜੀ ਸਾਰੇ 'ਚ ਹੁਣ ਫਸਿਆ ਹੋਇਆ ਪੂਰਾ ਉਹਦਾ ਸਿਰ, ਔਰ ਅਕਾਲੀ ਦਲ 'ਚ ਤਬਦੀਲੀ ਦੀ ਮੰਗ ਉੱਠ ਰਹੀ ਹੈ, ਇਹ ਸਾਰੇ ਇਸ਼ੂਜ਼ ਨੂੰ ਡਿਵੀਏਟ ਡਾਈਵਰਟ ਕਰਕੇ, ਔਰ ਖਾਲਿਸਤਾਨ ਦੇ ਮੁੱਦੇ ਤੋਂ ਤਾਂ ਵੈਸੇ ਹੀ ਭਗੌੜੇ ਨੇ। ਇਹਦੀ ਟਾਈਮਿੰਗ ਇਹ ਦੱਸਦੀ ਹੈ ਕਿ ਇਹ ਖਾਮ ਖਾ ਦਾ ਖੜਾ ਕੀਤਾ ਗਿਆ ਇਸ ਵੇਲੇ ਮੁੱਦਾ, ਇਹਦੀ ਕਲੈਰਿਟੀ ਬਿਲਕੁਲ ਕਲੀਅਰ ਹੈ ਰਹਿਤ ਮਰਿਆਦਾ ਦੇ ਮੁਤਾਬਕ ਕਿਵੇਂ ਕਰਨਾ। ਸ਼੍ਰੋਮਣੀ ਕਮੇਟੀ ਨੇ ਜੋ ਹੁਣ ਡਾਇਰੈਕਸ਼ਨ ਦਿੱਤੀਆਂ ਨੇ ਕਰਨ, ਹੌਲੀ ਹੌਲੀ ਬਾਕੀਆਂ ਨੂੰ ਇਹ ਸਾਰੇ ਤੋਂ ਜਿਹੜਾ ਨਾਲ ਮੂਲ ਨਾਨਕ ਸ਼ਾਹੀ ਕੈਲੰਡਰ 2003 ਲਾਗੂ ਕਰਨ, ਤਾਂ ਕਿ ਇਹਨਾਂ ਹਿੰਦੂ ਤਵੀਆਂ ਨਾਲੋਂ ਸਾਡਾ ਜੋ ਇੱਕ ਵਿਕੋਲਿਤਰਾ ਔਰ ਯੂਨੀਕ ਸਾਡਾ ਕੈਲੰਡਰ ਹੈ ਉਹ ਇੰਪਲੀਮੈਂਟ ਹੋਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।